ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਰਜੈ ਲੋਗ ਅਜਾਨ ਤਾਂ ਸਿਓ ਟੂਟੀ ਕਿਉ ਬਨੈ ਜਾਕੇ ਜੀ ਪ੍ਰਾਨ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਰਜੈ ਲੋਗ ਅਜਾਨ ਤਾਂ ਸਿਓ ਟੂਟੀ ਕਿਉ ਬਣੈ ਜਾਕੇ ਜੀ ਪ੍ਰਾਣ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪੌਣੇ ਚਾਰ ਕਬੀਰ ਜੋ ਮੈਂ ਚਿਤ ਵੋਂ ਨਾ ਕਰੈ ਕਿਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਬਿਆਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹਿਲਾ ਤੀਜਾ ਚਿੰਤਾ ਭੀ ਆਪ ਕਰਾਈ ਸੀ ਅਚਿੰਤ ਭੀ ਆਪੇ ਦੇ ਨਾਨਕ ਸੋ ਸਲਾਹੀਐ ਜੇ ਸਬਨਾ ਸਾਰ ਕਰੇ ਮਹਿਲਾ ਪੰਜਵਾ ਕਬੀਰ RAM ਨਾ ਚਿਤਿਓ ਫਿਰਿਆ ਲਾਲਚ ਮਾਹੇ ਪਾਪ ਕਰੰਤਾ ਮਰ ਗਿਆ ਆਉਦ ਪੁਨੀ ਖਿੰਮਾਹੇ ਕਬੀਰ ਰਾਮ ਨਾ ਚਿਤਿਓ ਫਿਰਿਆ ਲਾਲਚ ਮਾਹੇ ਪਾਪ ਕਰੰਤਾ ਮਰ ਗਿਆ ਆਉਦ ਪੁਨੀ ਖਿੰਮਾਹੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰੇ ਨਦਰ ਰਹਿਮਤ ਕਿਰਪਾ ਨਾਲ ਆਪਾਂ ਦੁਬਾਰਾ ਫੇਰ ਇੱਕ ਵਾਰ ਤੋਂ ਸ਼ਰਮਣੀ ਭਗਤ ਭਗਤ ਕਬੀਰ ਸਾਹਿਬ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਕਰਨ ਦੇ ਲਈ ਇਕੱਤਰ ਹੋਏ ਆਂ ਅੱਜ ਦੀ ਉਹਨਾਂ ਦੀ ਵਿਚਾਰ 217 ਨੰਬਰ ਸ਼ਲੋਕ ਤੋਂ ਲੈ ਕੇ 221 ਨੰਬਰ ਸ਼ਲੋਕ ਤੱਕ ਹੈ ਤੇ ਇਹ ਜਿਹੜੀ ਵੀਡੀਓ ਦੀ ਲੜੀ ਚੱਲ ਰਹੀ ਹੈ ਇਹ ਉਹਦਾ 44 ਨੰਬਰ ਭਾਗ ਹੈ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਅਸੀਸ ਬਖਸ਼ੀ ਹੈ ਖਾਲਸਾ ਪੰਥ ਨੂੰ ਉਹਦੇ ਨਾਲ ਚਿੱਤ ਜੋੜੀਏ ਸਾਰੇ ਗੱਜ-ਵੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਦੇ ਇਹ ਜਿਹੜੇ ਪਾਵਨ ਪੰਜ ਸਲੋਕ ਆਪਾਂ ਲਏ ਐ ਇਹਨਾਂ ਦੇ ਵਿੱਚ ਤਿੰਨ ਸਲੋਕ ਭਗਤ ਕਬੀਰ ਸਾਹਿਬ ਦੇ ਆਪਣੇ ਐ ਤੇ ਦੋ ਸ਼ਲੋਕ ਜਿਹੜੇ ਐ ਉਹਨਾਂ ਵਿੱਚੋਂ ਇੱਕ ਗੁਰੂ ਅਮਰਦਾਸ ਸਾਹਿਬ ਦਾ ਹੈ ਤੇ ਇੱਕ ਗੁਰੂ ਅਰਜਨ ਸਾਹਿਬ ਦਾ ਹੈ ਕਿਉਂਕਿ ਕਿਸੇ ਗੱਲ ਨੂੰ ਖੋਲਣਾ ਹੋਵੇ ਤਾਂ ਉਥੇ ਸਤਿਗੁਰੂ ਜੀ ਬਾਬਾ ਜੀ ਦਾ ਨਾਮ ਵਰਤ ਕੇ ਕਬੀਰ ਸਾਹਿਬ ਦਾ ਨਾਮ ਵਰਤ ਕੇ ਤਾਂ ਆਪ ਖੁਦ ਉਸ ਗੱਲ ਨੂੰ ਐਕਸਟਰਾ ਉਹਦੇ ਵਿੱਚ ਸ਼ਲੋਕ ਦਰਜ ਕਰਕੇ ਬਾਣੀ ਦਰਜ ਕਰਕੇ ਤਾਂ ਉਹਨੂੰ ਖੋਲਣ ਦਾ ਯਤਨ ਕਰਦੇ ਨੇ ਔਰ ਇਹ ਇੱਕ ਗੁਰਬਾਣੀ ਦੀ ਬੜੀ ਪਿਆਰੀ ਤਰਤੀਬ ਹੈ ਕਿਉਂਕਿ ਕਈ ਵਾਰ ਕੁਝ ਗੱਲਾਂ ਐਸੀਆਂ ਕਬੀਰ ਸਾਹਿਬ ਨੇ ਕਈਆਂ ਨੇ ਜਿਹੜੀਆਂ ਸਪਸ਼ਟ ਨਹੀਂ ਹੋ ਸਕੀਆਂ ਇਹਦਾ ਮਤਲਬ ਇਹ ਨਹੀਂ ਕਿ ਉਹ ਅਧੂਰੀਆਂ ਗੱਲਾਂ ਕਹਿ ਗਏ ਗੱਲਾਂ ਉਹਨਾਂ ਨੇ ਬਹੁਤ ਡੂੰਘੀਆਂ ਕਹੀਆਂ ਪਰ ਆਮ ਲੋਕਾਂ ਨੂੰ ਭੁਲੇਖਾ ਪੈ ਸਕਦਾ ਸੀ ਇਸ ਲਈ ਗੁਰੂ ਸਾਹਿਬ ਨੇ ਕੀ ਕੀਤਾ ਉਹਨਾਂ ਦੇ ਹੀ ਉਸ ਸ਼ਲੋਕ ਨੂੰ ਬੜੇ ਪਿਆਰੇ ਤਰੀਕੇ ਨਾਲ ਖੋਲ੍ਹਿਆ ਤੇ ਇੱਕ ਦੋ ਹੋਰ ਸ਼ਲੋਕ ਨਾਲ ਐਡ ਕਰ ਦਿੱਤੇ ਇਹ ਐਸੀ ਤਰਤੀਬ ਉਹਨਾਂ ਦੀ ਸ਼ਲੋਕਾਂ ਦੇ ਵਿੱਚ ਬਾਣੀ ਦੇ ਵਿੱਚ ਨਜ਼ਰ ਆਉਂਦੀ ਹੈ ਇਤੋਂ ਤੱਕ ਕਿ ਜਦੋਂ ਭਗਤਾਂ ਦੀ ਬਾਣੀ ਚੱਲਦੀ ਹੈ ਤੇ ਬਹੁਤ ਵਾਰ ਸਤਿਗੁਰੂ ਜੀ ਐਸੀ ਤਰਤੀਬ ਵਰਤਦੇ ਸੋ ਆਓ ਆਪਾਂ ਆਰੰਭ ਕਰਦੇ ਹਾਂ ਕਿ ਕਬੀਰ ਸਾਹਿਬ ਦੇ ਇਹ ਜਿਹੜੇ ਪਾਵਨ ਸ਼ਲੋਕ ਹੈ ਦੱਸ ਦੇ ਕੀ ਹੈ ਕਬੀਰ ਸਾਹਿਬ ਨੇ ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਰੱਬ ਦੇ ਪਿਆਰ ਦੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਪਿਆਰ ਕਰਦੇ ਹਾਂ ਸਾਡਾ ਪਿਆਰ ਪ੍ਰਮਾਤਮਾ ਨਾਲ ਜੁੜ ਜਾਏ ਤੇ ਉਹਦੇ ਵਿੱਚ ਕਈ ਵਾਰ ਝੂਠਿਆ ਜਿਹੜਾ ਸਾਖ ਸਬੰਧੀਆਂ ਦਾ ਮੋਹ ਹੈ ਜਾਂ ਅਸੀਂ ਬੇਈਮਾਨੀ ਦਾ ਜਿਹੜਾ ਕੰਮ ਕਰਦੇ ਆ ਦੋ ਚੀਜ਼ਾਂ ਨੇ ਸਹਿਬ ਸਿੰਘ ਉਹਨਾਂ ਨੇ ਦਰਜ ਕੀਤੀਆਂ ਨੇ ਪ੍ਰੋਫੈਸਰ ਸਹਿਬ ਸਿੰਘ ਉਹਨਾਂ ਨੇ ਕਿ ਸਾਖ ਸਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤਕਾਰ ਜਾਂ ਤਾਂ ਕਹਿ ਦਵਾ ਕਿ ਵਕਾਰ ਜਿਹੜੇ ਹੈ ਬੁਰਾਈਆਂ ਜਿਹੜੀਆਂ ਨੇ ਉਹ ਇਹਦੇ ਵਿੱਚ ਰੁਕਾਵਟ ਖੜੀਆਂ ਕਰ ਦਿੰਦੀਆਂ ਨੇ ਉਹ ਰੁਕਾਵਟ ਤਾਂ ਖੜੀਆਂ ਕਰਦੀਆਂ ਨੇ ਕਿਉਂਕਿ ਬੁਰਾਈਆਂ ਇਹ ਨਹੀਂ ਚਾਹੁੰਦੀਆਂ ਕਿ ਇਸ ਬੰਦੇ ਦਾ ਮਨ ਚੰਗੇ ਪਾਸੇ ਵੱਲ ਨੂੰ ਕਿਤੇ ਜੁੜ ਜਾਏ ਚੰਗੇ ਪਾਸੇ ਵੱਲ ਨੂੰ ਲੱਗ ਜਾਏ ਇਸ ਲਈ ਚੰਗੇ ਪਾਸੇ ਤੁਰਦਿਆਂ ਤੁਰਦਿਆਂ ਬਹੁਤ ਵਾਰ ਸਾਡੇ ਮਨ ਵਿੱਚ ਮਾੜੇ ਖਿਆਲ ਆਤ ਹੁੰਦੇ ਐ ਬਹੁਤ ਵਾਰ ਸਾਡਾ ਮਨ ਭਟਕਦਾ ਹੈ ਬਹੁਤ ਲੋਕਾਂ ਦਾ ਅੱਜ ਇਹ ਸਵਾਲ ਹੈ ਕਿ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹ ਗੱਲ ਦੱਸ ਦਵਾਂ ਕਿ ਪਾਠ ਕਰਨ ਨੂੰ ਤਾਂ ਦਿਲ ਨਹੀਂ ਕਰਦਾ ਕਿਉਂਕਿ ਸਾਡੇ ਮਨ ਨੂੰ ਅਸਲ 'ਚ ਗੁਰਬਾਣੀ ਦੇ ਸਵਾਦ ਦਾ ਪਤਾ ਨਹੀਂ ਹੈ। ਗੁਰਬਾਣੀ ਦੇ ਰਸ ਦਾ ਪਤਾ ਨਹੀਂ ਹੈ। ਗਾਣੇ ਸੁਣਨ ਨੂੰ ਕਿਉਂ ਦਿਲ ਕਰਦਾ ਹੈ? ਫਿਲਮਾਂ ਵੇਖਣ ਨੂੰ ਕਿਉਂ ਦਿਲ ਕਰਦਾ? ਸੀਰੀਅਲ ਵੇਖਣ ਨੂੰ ਕਿਉਂ ਦਿਲ ਕਰਦਾ? ਕਿਸੇ ਦਾ ਅੱਧ ਟੱਕਿਆ ਹੋਇਆ ਤਨ ਵੇਖਣ ਨੂੰ ਕਿਉਂ ਦਿਲ ਕਰਦਾ? ਬਰਿਆਈ ਵੱਲ ਕਿਉਂ ਆਪਾਂ ਜਾਂਦੇ ਕਿਉਂਕਿ ਮਨ ਨੂੰ ਉਧਰ ਜਾ ਕੇ ਕੁਝ ਚੰਗਾ ਮਹਿਸੂਸ ਹੁੰਦਾ। ਮਨ ਉਧਰ ਜਾ ਕੇ ਸਹਾਈ ਪਕੜ ਫੜਦਾ। ਇਸ ਲਈ ਉਥੇ ਫੋਕਸ ਵੀ ਜ਼ਿਆਦਾ ਕਰਦਾ। ਲੇਕਿਨ ਜਦੋਂ ਉਹ ਗੁਰਬਾਣੀ ਦੀ ਗੱਲ ਆਪਾਂ ਕਰਦੇ ਆਂ ਤਾਂ ਉਥੇ ਸਾਡਾ ਮਨ ਨਹੀਂ ਜੁੜਦਾ ਆਪਾਂ ਕੀਰਤਨ ਦੀ ਗੱਲ ਕਰਦੇ ਆਂ ਧਰਮ ਦੀ ਗੱਲ ਕਰਦੇ ਆਂ ਤੇ ਉਥੇ ਮਨ ਨਹੀਂ ਜੁੜਦਾ ਇਹ ਕੱਲਾ ਸਾਡੀ ਕੌਮ ਦੀ ਗੱਲ ਨਹੀਂ ਹੈ ਇਹ ਪੂਰੀ ਦੁਨੀਆ ਦੇ ਵਿੱਚ ਐਸਾ ਕੰਮ ਚੱਲ ਰਿਹਾ ਅੱਜ ਚਰਚਾ ਕਿਉਂ ਖਾਲੀ ਪਲਾ ਚਰਚਾ ਖਾਲੀ ਹੈ ਇੱਥੇ ਬਾਹਰ ਫੋਰਨ ਕੰਟਰੀ ਵਿੱਚ ਬਹੁਤੀਆਂ ਚਰਚਾ ਚੱਲਦੀਆਂ ਨਹੀਂ ਹੈ ਤੇ ਜੇਕਰ ਚਰਚਾ ਵਿੱਚ ਜਾਂਦੇ ਆ ਤੇ ਬੁੱਢੇ ਠੇਰੇ ਕਿਉਂ ਜਾਂਦੇ ਆ ਯੰਗ ਪੀੜੀ ਨਹੀਂ ਜਾਂਦੀ ਨੌਜਵਾਨ ਮੁੰਡੇ ਕੁੜੀਆਂ ਨਹੀਂ ਜਾਂਦੇ ਇਹ ਤਾਂ ਗੁਰਦੁਆਰਿਆਂ ਵਿੱਚ ਹਾਲ ਨੌਜਵਾਨ ਮੁੰਡੇ ਕੁੜੀਆਂ ਇੱਥੇ ਆਉਂਦੇ ਆ ਪਰ ਬਹੁਤੀ ਵੱਡੀ ਗਿਣਤੀ ਦੇ ਵਿੱਚ ਨਹੀਂ ਆਉਂਦੇ ਕਾਰਨ ਕੀ ਹੈ ਕਿਉਂਕਿ ਉਸ ਟਾਈਮ ਜਿਹੜਾ ਮਨ ਹੁੰਦਾ ਉਹ ਉਬਾਲੇ ਖਾਰਿਆ ਹੁੰਦਾ ਪੂਰਾ ਜਿਹੜਾ ਤਹਿ ਵਿੱਚ ਹੁੰਦਾ ਪੂਰਾ ਜਵਾਨੀ ਦੇ ਵਿੱਚ ਮਨ ਹੁੰਦਾ ਤੇ ਉਹਨੂੰ ਨਾ ਕੁਝ ਚਾਹੀਦਾ ਹੁੰਦਾ ਵਿਸ਼ੇਸ਼ ਤੌਰ ਤੇ ਇਸ ਲਈ ਉਹ ਜੋ ਚਾਹੁੰਦਾ ਉਹ ਮਿਲਦਾ ਨਹੀਂ ਉੱਥੇ ਮੇਨ ਗੱਲ ਇਹ ਹੈ ਕੇ ਬਾਣੀ ਦਾ रस ਨਾ ਆਉਣਾ ਬਾਣੀ ਨੂੰ ਪੜਨ ਪੜਨ ਨੂੰ ਦਿਲ ਨਾ ਕਰਨਾ ਬਾਣੀ ਦੇ ਵਿੱਚ ਸ਼ੌਂਕ ਨਾ ਜਾਗਣਾ ਇਹ ਕਿੰਨਾ ਕਿਤੇ ਸਾਡੇ ਆਪਣੇ ਅੰਦਰ ਦੀ ਘਾਟ ਹੈ ਕਿਉਂਕਿ ਸਾਡਾ ਮਨ ਉਸ ਚੀਜ਼ ਨੂੰ ਜਾਣਦਾ ਹੀ ਨਹੀਂ ਸਾਡਾ ਮਨ ਜਦੋਂ ਜਾਣੇਗਾ ਹੀ ਨਹੀਂ ਤੇ ਉਦੋਂ ਗੱਲ ਨਹੀਂ ਬਣੇਗੀ ਪਰ ਜਦੋਂ ਮਨ ਸਮਝ ਜਾਏ ਜਦੋਂ ਮਨ ਲੱਗ ਜਾਂਦਾ ਉਹਦੇ ਵਿੱਚ ਫਿਰ ਇਨਸਾਨ ਦਾ ਮਨ ਪਟਕਦਾ ਨਹੀਂ ਹੈ ਤੇ ਜਿਸ ਦਿਨ ਕਿਤੇ ਬਾਣੀ ਨਾ ਪੜੇ ਜਿਸ ਦਿਨ ਗੁਰਦੁਆਰੇ ਨਾ ਜਾਵੇ ਜਿਸ ਦਿਨ ਗੁਰੂ ਦਾ ਨਾਮ ਨਾ ਲਵੇ ਉਸ ਦਿਨ ਉਹਨੂੰ ਕੁਝ ਘਾਟ ਵੀ ਮਹਿਸੂਸ ਹੁੰਦੀ ਪੀ ਅੱਜ ਕੁਝ ਨਾ ਕੁਝ ਥੜ ਗਿਆ ਅੱਜ ਕੁਝ ਨਾ ਕੁਝ ਰਹਿ ਗਿਆ ਸੋ ਇਥੇ ਸ਼ੌਂਕ ਜਾਗਣਾ ਬੜਾ ਜ਼ਰੂਰੀ ਹੈ ਸ਼ੌਂਕ ਕਿੱਦਾਂ ਜਾਗਦਾ ਇੱਕ ਤਾਂ ਆਪਣੇ ਪਰਿਵਾਰ ਤੋਂ ਪੈਦਾ ਹੁੰਦਾ ਦੂਸਰਾ ਆਪਣੀ ਸੰਗਤ ਤੋਂ ਪੈਦਾ ਹੁੰਦਾ ਵੀ ਆਪਾਂ ਕਿਦਾਂ ਦੀ ਸੰਗਤ ਕਰਦੇ ਆਂ ਕਿਦਾਂ ਦਾ ਸਮਾਜਿਕ ਜੀਵਨ ਜੀਉਂਦੇ ਆਂ ਕਈ ਵਾਰ ਪਰਿਵਾਰ ਚੋਂ ਪੈਦਾ ਹੋ ਜਾਂਦਾ ਕਈ ਵਾਰ ਬਾਹਰੀ ਸੰਗਤ ਵਿੱਚੋਂ ਪੈਦਾ ਹੋ ਜਾਂਦਾ ਕਈਆਂ ਦਾ ਪਰਿਵਾਰ ਚੰਗਾ ਨਹੀਂ ਹੁੰਦਾ ਤੇ ਬਾਹਰੀ ਸੰਗਤ ਚੰਗੀ ਮਿਲ ਜਾਂਦੀ ਕਈਆਂ ਦਾ ਪਰਿਵਾਰ ਚੰਗਾ ਹੁੰਦਾ ਤੇ ਬਾਹਰੀ ਸੰਗਤ ਗੰਦੀ ਮਿਲ ਜਾਂਦੀ ਸੋ ਇਸ ਚੀਜ਼ ਦਾ ਬੜਾ ਫਰਕ ਪੈਂਦਾ ਪ੍ਰਭਾਵ ਪੈਂਦਾ ਮਨ ਦੇ ਉੱਤੇ ਸੋ ਬਾਣੀ ਜਦੋਂ ਆਪਾਂ ਪੜ੍ਹਦੇ ਆਂ ਮਨ ਲੱਗ ਜਾਂਦਾ ਉਹਦਾ ਜਦੋਂ ਰਸ ਆਉਂਦਾ ਬਾਣੀ ਦਾ ਸੁਆਦ ਆਉਂਦਾ ਬਾਣੀ ਦਾ ਤੇ ਫਿਰ ਮਨ ਪਟਕਦਾ ਨਹੀਂ ਫਿਰ ਦਿਲ ਕਰਦਾ ਹੋਰ ਪੜੀਏ ਹੋਰ ਪੜੀਏ ਹੋਰ ਪੜੀਏ ਹੁਣ ਆਪਾਂ ਸਹਿ ਪੜ ਕਰਦੇ ਹੋਈ ਨੇ ਕਈ ਵਾਰ ਸਮੇਂ ਦੀ ਲਿਮਟ ਵੇਖਣੀ ਪੈਂਦੀ ਵੀ 45 ਮਿੰਟ 50 ਮਿੰਟ ਤੱਕ ਹੀ ਕੀਤਾ ਜਾਏ ਪਰ ਕਈ ਵਾਰ ਮਨ ਇਹਨਾਂ ਲੱਗਾਂਦਾ ਵੀ ਦਿਲ ਕਰਦਾ ਕਰੀ ਜਾਈਏ ਕਰੀ ਜਾਈਏ ਪਰ ਉੱਥੇ ਕਈ ਵਾਰ ਆਪ ਹੀ ਫੁੱਲ ਸਟਾਪ ਲਾਉਣੀ ਪੈਂਦੀ ਸੋ ਦਿਲ ਕਰਦਾ ਹੈ ਕਿਉਂਕਿ ਮਨ ਨੂੰ ਸੁਆਦ ਆਉਂਦਾ ਤੇ ਜਿਨ੍ਹਾਂ ਨੂੰ ਆ ਹੀ ਨਹੀਂ ਰਿਹਾ ਉਹਨਾਂ ਦਾ ਦਿਲ ਕਰੇਗਾ ਔਰ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਸੋ ਕਬੀਰ ਸਾਹਿਬ ਨੇ ਕਿਹਾ ਕਿ ਜਦੋਂ ਸੱਚੇ ਪਾਤਸ਼ਾਹ ਵਾਹਿਗੁਰੂ ਨਾਲ ਚਿੱਤ ਜੁੜਦਾ ਹੈ ਤਾਂ ਉੱਥੇ ਬੁਰਾਈਆਂ ਜਿਹੜੀਆਂ ਨੇ ਉਹ ਰੋਕ ਪਾਉਂਦੀਆਂ ਨੇ ਤੇ ਇਸ ਚੀਜ਼ ਨੂੰ ਕਹਿੰਦੇ ਮੈਂ ਇਹ ਖੋਲ ਕੇ ਦੱਸ ਦਵਾਂ ਕਿ ਪਰਮਾਤਮਾ ਨਾਲ ਜਦੋਂ ਲਿਵ ਟੁੱਟ ਜਾਂਦੀ ਹੈ ਨਾ ਤੇ ਬੁਰਾਈ ਨਾਲ ਜੁੜ ਜਾਂਦੀ ਹੈ ਬੰਦਾ ਆਤਮ ਹਾਤ ਕਰ ਲੈਂਦਾ ਹੈ ਖੁਦ ਕਿਉਂਕਿ ਉਹਦੇ ਤੋਂ ਬਗੈਰ ਆਪਾਂ ਕਿਸੇ ਜੋਗੇ ਵੀ ਨਹੀਂ ਹੈ ਉਹ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ ਕਿਉਂ ਟੁੱਟਦੀ ਹੈ ਪ੍ਰੀਤ ਕਿਉਂਕਿ ਬੰਦਾ ਜਿਹੜਾ ਰਾਤ ਦਿਨ ਦੁਨੀਆ ਦੇ ਵਿੱਚ ਕੁਝ ਚੰਗਾ ਕਰਨ ਕਮਾਉਣ ਵਧੀਆ ਘਰਾਂ ਘਰਾਂ ਦਾ ਮਾਲਕ ਬਣਨਾ ਜਿਆਦਾ ਪ੍ਰੋਪਰਟੀ ਕਮਾਉਣ ਵੱਲ ਲੱਗਾ ਹੋਇਆ ਮਾੜੀ ਗੱਲ ਕੋਈ ਨਹੀਂ ਪਰ ਕਬੀਰ ਸਾਹਿਬ ਨੇ ਇੱਕ ਬੜਾ ਸੋਹਣਾ ਲੋਜਕ ਦਿੱਤਾ ਕਿੰਦੇ ਜਦੋਂ ਆਪਾਂ ਸੌਣੇ ਆ ਤੇ ਕਿੰਨੇ ਕੁ ਕਿੰਨੀ ਕੁ ਜਗ੍ਹਾ 'ਚ ਆਪਾਂ ਸੌਣੇ ਸਾਡਾ ਸ਼ਰੀਰ ਕਿੰਨੀ ਕੁ ਜਗ੍ਹਾ ਮੰਦਾ ਕਾਰਜ ਸਾਢੇ 3 ਹੱਥ ਕਣੀ ਦਾ ਪੌਣੇ ਪੌਣੇ 4 ਕਹਿੰਦੇ ਸਾਢੇ ਕੋ 3 ਹੱਥ ਤੇਰੇ ਸ਼ਰੀਰ ਨੂੰ ਜਗ੍ਹਾ ਚਾਹੀਦੀ ਹੁੰਦੀ ਵਤਵਤ ਪੌਣੇ 4 ਚਾਹੀਦੀ ਹੋਊਗੀ ਮਤਲਬ ਉਹਨਾਂ ਦੇ ਕਹਿੰਦਾ ਕਿ ਸਾਡਾ ਸ਼ਰੀਰ ਕਿੰਨੀ ਕੁ ਜਗ੍ਹਾ ਮਲਦਾ ਤੇ ਜਦੋਂ ਆਪਾਂ ਮਰਦੇ ਵੀ ਆਂ ਕਬਰ ਨੂੰ ਕਿੰਨੀ ਕੁ ਜਗ੍ਹਾ ਚਾਹੀਦੀ ਸ਼ਮਸ਼ਾਨ ਘੜ ਚ ਜਾਂਦੇ ਆ ਸਾਡੇ ਸ਼ਰੀਰ ਨੂੰ ਸਾੜਨ ਲਈ ਕਿੰਨੀ ਕੁ ਜਗ੍ਹਾ ਚਾਹੀਦੀ ਸੋ ਸਾਨੂੰ ਤਾਂ ਕੁਝ ਜ਼ਿਆਦਾ ਨਹੀਂ ਚਾਹੀਦਾ ਪਰ ਅਸਲ 'ਚ ਬੰਦੇ ਦਾ ਮਨ ਰਾਜਦਾ ਨਹੀਂ ਕਹਿੰਦਾ ਮੈਂ ਪੂਰਾ ਦੇਸ਼ ਜਿੱਤ ਲਵਾਂ ਪੂਰੀ ਦੁਨੀਆ ਜਿੱਤ ਲਵਾਂ ਇਸ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਭੁੱਖਿਆਂ ਭੁਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਸੋ ਭੁੱਖ ਕਦੇ ਨਹੀਂ ਬੰਦੇ ਦੀ ਪੂਰੀ ਹੁੰਦੀ ਜਿਹੜਾ ਤ੍ਰਿਸ਼ਨਾ ਲਾਲਚ ਦੇ ਅਧੀਨ ਮਨ ਉਹ ਕਦੇ ਰਾਜਦਾ ਨਹੀਂ ਹੈ ਮਨ ਉਦੋਂ ਹੀ ਰਾਜਦਾ ਜਦੋਂ ਸਤਗੁਰੂ ਦੀ ਕਿਰਪਾ ਹੋਵੇ ਨਹੀਂ ਤਾਂ ਬੰਦਾ ਕਦੇ ਟਿਕਦਾ ਹੀ ਨਹੀਂ ਕਹਿੰਦਾ ਸਭ ਕੁਝ ਮੈਂ ਜਿਹੜਾ ਨਾ ਉਹ ਚੱਕੀ ਜਾਵਾਂ ਫੱਟੇ ਚੱਕੀ ਜਾਵਾਂ ਖਤਮ ਕਰੀ ਜਾਵਾਂ ਦੁਨੀਆ ਨੂੰ ਸੋ ਇੱਕ ਹੋਰ ਬੜੀ ਕਮਾਲ ਦੀ ਗੱਲ ਇਹਨਾਂ ਸ਼ਲੋਕਾਂ 'ਚ ਕਹੀ ਕਿ ਜੋ ਮੈਂ ਸੋਚਦਾ ਜਰੂਰੀ ਨਹੀਂ ਕਿ ਉਹ ਹੀ ਹੋਵੇ ਜੋ ਮੈਂ ਚਾਹਨਾ ਜਰੂਰੀ ਨਹੀਂ ਹੋਈ ਹੋਵੇ ਕਈ ਵਾਰ ਮੈਂ ਚਾਹਨਾ ਕਿਸਦਾ ਰਵੀ ਕੱਖਣਾ ਬੀੜਾ ਗਰਕ ਹੋ ਜਾਏ ਤੈਸ਼ ਨੈਸ਼ ਹੋ ਜਾਏ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਨੇ ਇੱਕ ਸਿਸਟਮ ਬਣਾਇਆ ਮੇਰੇ ਕੁਝ ਕਰਨ ਨਾਲ ਕੁਝ ਨਹੀਂ ਹੋਣਾ ਮੇਰੇ ਕੁਝ ਸੋਚ ਨਾਲ ਕੁਝ ਨਹੀਂ ਹੋਣਾ ਮੇਰੇ ਕੁਝ ਕਹਿਣ ਨਾਲ ਕੁਝ ਨਹੀਂ ਹੋਣਾ ਤੇ ਜੋ ਮੈਂ ਸੋਚਾਂ ਰੱਬ ਨੇ ਉਦਾਂ ਨਹੀਂ ਕਰਨਾ ਉਨੇ ਉਹੀ ਕਰਨਾ ਜੋ ਉਹਦਾ ਦਿਲ ਕਰਦਾ ਉਹ ਉਹੀ ਸੋਚਦਾ ਜੋ ਉਹਦਾ ਮਨ ਹੈ ਸੋ ਆਪਾਂ ਕਈ ਵਾਰ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਆ ਕਿ ਸਾਡੇ ਕਰਨ ਨਾਲ ਕੁਝ ਹੋਏਗਾ ਨਹੀਂ 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 ਬਹੁਤੀ ਬਹੁਤਿਆਂ ਇਸ਼ਾਰਾ ਮਾਰੀਆਂ ਨੇ ਪਰ ਹੁੰਦਾ ਕਜ ਕੁਝ ਵੀ ਨਹੀਂ ਆਸਾ ਦੀਵਾਰ ਵਿੱਚ ਆ ਕੇ ਆ ਗਿਆ ਕਿ ਜੁਨੀਆ ਮਰਜੀ ਸ਼ਾਲਾ ਮਾਰੀ ਜਾ ਕਰਤਾ ਕਰ ਇਸ ਹੋਏ ਸਬਣੀ ਸ਼ਾਲਾ ਮਾਰੀਆਂ ਸਾਰੇ ਮਾਰਦੇ ਸ਼ਾਲਾ ਸਾਰੇ ਟੱਪਦੇ ਸਾਰੀ ਕੁਝ ਨਾ ਕੁਝ ਕਰਨ ਦਾ ਯਤਨ ਕਰਦੇ ਪਰ ਹੁੰਦਾ ਉਹੀ ਜੋ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਉਹ ਤੋਂ ਬਾਅਦ ਇਨ੍ਹਾਂ ਸ਼ਲੋਕਾਂ ਨੂੰ ਖੋਲਣ ਦੇ ਲਈ ਸਹਿਬ ਨੇ ਆਪਣੇ ਸ਼ਲੋਕ ਵਰਤੇ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਨੇ ਕਿ ਇਨ੍ਹਾਂ ਸ਼ਲੋਕਾਂ ਦੇ ਵਿੱਚ ਕੀ ਆਖਿਆ ਗਿਆ ਕੀ ਸਮਝਾਇਆ ਗਿਆ ਉਹਦਾ ਬੜਾ ਪਿਆਰਾ ਜਿਹਾ ਜਿਹੜਾ ਲੇਖਾ ਜੋਖਾ ਇਨਾਂ ਸ਼ਲੋਕਾਂ ਵਿੱਚ ਸਤਿਗੁਰੂ ਨੇ ਕੀਤਾ ਸੋ ਪਿਆਰੇ ਆਓ ਆਪਾਂ ਅੱਖਰ 바이 ਅੱਖਰ ਇਹਨਾਂ ਸ਼ਲੋਕਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਕੀ ਸਮਝਾਇਆ ਇਹਨਾਂ ਸ਼ਲੋਕਾਂ ਵਿੱਚ ਬਹੁਤ ਸੰਖੇਪ ਦੇ ਵਿੱਚ ਆਪਾਂ ਵੀਡੀਓ ਬਣਾ ਕੇ ਕੰਪਲੀਟ ਕਰ ਜਾਣੀ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਕਬੀਰ ਸਾਹਿਬ ਕਹਿੰਦੇ ਨੇ ਕਿ ਆ ਜਿਹੜਾ ਮੂਰਖ ਜਗਤ ਹੈ ਇਕ ਘਟ ਘਟ ਕੀ ਜਾਣਨ ਵਾਲੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਸੁਜਾਨ ਸੁਜਾਨ ਦਾ ਮਤਲਬ ਹੁੰਦਾ ਹੈ ਜਿਹੜਾ ਬਹੁਤ ਸਿਆਣਾ ਹੈ ਤੇ ਘਟ ਘਟ ਦੀ ਜਾਣਦਾ ਭਾਵ ਸਭਨਾ ਦੇ ਦਿਲ ਦੀ ਜਾਣਦਾ ਫੇ ਸਮਝ ਲਓ ਸੁਜਾਨ ਜਿਹੜਾ ਬਹੁਤ ਸਿਆਣਾ ਹੈ ਤੇ ਸਭਨਾ ਦੇ ਦਿਲ ਦੀਆਂ ਜਾਣਦਾ ਹੋਵੇ ਤੇ ਅਜਾਨ ਅਜਾਨ ਹੈ ਬੇਸਮਝ ਤੇ ਮੂਰਖ ਜਿਹਨੂੰ ਕੁਝ ਨਾ ਪਤਾ ਹੋਵੇ ਦੋਸ਼ੋਦ ਵਰਤੇ ਸੁਜਾਨ ਪਰਮਾਤਮਾ ਲਈ ਅਜਾਨ ਸੰਸਾਰੀ ਲੋਕਾਂ ਲਈ ਸਾਡੇ ਵਰਗੇ ਲੋਕਾਂ ਲਈ ਕਬੀਰ ਕਬੀਰ ਸਾਹਿਬ ਕਹਿੰਦੇ ਲਾਗੀ ਪ੍ਰੀਤ ਸੁਜਾਨ ਸਿਉ ਜਦੋਂ ਉਸ ਘਟ ਘਟ ਦੇ ਜਾਣਨ ਵਾਲੇ ਸਬਣਾ ਦੇ ਦਿਲਾਂ ਦੀਆਂ ਜਾਣਨ ਵਾਲੇ ਬਹੁਤ ਹੀ ਸਿਆਣੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਬਣਦੀ ਹੈ ਵਰਜੈ ਲੋਕ ਅਜਾਣ ਵਰਜੇ ਦਾ ਮਤਲਬ ਰੁਕਾਵਟ ਪਾਉਣੀ ਰੋਕ ਪਾਉਣੀ ਲੋਕ ਪਾਉਂਦਾ ਮਤਲਬ ਆਪਾਂ ਪੰਜਾਬੀ ਚ ਬੋਲਦੇ ਨੇ ਕਿਦਾਂ ਕਿ ਹਰ ਕੰਮ ਦੇ ਵਿੱਚ ਲਾਤਣਾ ਅੜਾਇਆ ਕਰ ਆਪਾਂ ਕਿਨੇ ਹਰ ਕੰਮ 'ਚ ਲਾਤਣਾ ਅੜਾਇਆ ਕਰ ਹਰ ਕੰਮ 'ਚ ਲੱਤ ਅੜਾਉਣੀ ਮਾੜੀ ਹੁੰਦੀ ਪੰਜਾਬੀ ਦਾ ਸ਼ਬਦ ਵਰਤਾਂ ਮੈਂ ਫੇਰ ਚੰਗੇ ਪਾਸੇ ਤੁਰਨ ਵਾਲੇ ਬੰਦੇ ਦੇ ਖਿਲਾਫ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਐ ਤੇ ਉਹਦੇ ਰਸਤੇ ਵਿੱਚ ਰੋੜੇ ਸੁੱਟਦੇ ਐ ਲੱਤਾਂ ਆੜੋਂਦੇ ਮੈਂ ਸਿੰਪਲ ਗੱਲ ਕਹਾਂ ਵਰਜੇ ਲੋਕ ਅਜਾਣ ਬੇਸਮਝ ਮੂਰਖ ਲੋਕ ਜਿਹੜੇ ਉਹ ਵਰਜਦੇ ਐ ਉਹ ਰੋਕਦੇ ਐ ਕਿਉਂਕਿ ਸੰਸਾਰ ਨਹੀਂ ਚਾਹੁੰਦਾ ਕਿ ਕੋਈ ਚੰਗਾ ਪਾਸਾ ਬੰਦਾ ਖਤਿਆਰ ਕਰ ਲਏ ਇਹ ਦੁਨੀਆ ਦੀ ਆਦਤ ਹੈ ਕਿਉਂਕਿ ਸੱਚੇ ਮਾਰਗ ਉਤੇ ਤੁਰਨਾ ਬਹੁਤ ਔਖਾ ਜੇ ਤੁਰੋਗੇ ਤੇ ਦੁਨੀਆ ਤੁਹਾਡੇ ਖਿਲਾਫ ਹੋ ਜਾਂਦੀ ਤਾਂ ਸਿਓ ਟੁੱਟੀ ਕਿਉਂ ਬਣੈ ਪਰ ਕਹਿੰਦੇ ਨੇ ਕਿ ਜੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਟੁੱਟ ਜਾਏ ਕੀ ਭਲਾ ਪ੍ਰੀਤ ਤਾਂ ਆ ਜਿਹੜੀ ਜ਼ਿੰਦਗੀ ਹੈ ਇਹ ਵਿਰਥ ਹੈ ਇਸ ਸੋਣ ਨਹੀਂ ਲੱਗਦੀ ਜਾਂ ਕਿ ਜੀ ਪ੍ਰਾਣ ਜਿਸ ਪ੍ਰਮਾਤਮਾ ਦੀ ਦਿੱਤੀ ਹੋਈ ਏ ਜ਼ਿੰਦਗੀ ਹੈ ਜਿਹਦੇ ਦਿੱਤੇ ਹੋਏ ਸਵਾਸ ਨੇ ਜਿਹਦੇ ਦੁਆਰਾ ਸਾਡਾ ਸਰੀਰ ਚੱਲ ਰਿਹਾ ਉਹਦੇ ਤੋਂ ਟੁੱਟ ਕੇ ਸਾਡੀ ਜਿਹੜੀ ਜਿੰਦ ਹੈ ਇਹ ਕਿਸੇ ਜੋਗੀ ਨਹੀਂ ਹੈ ਬੇਕਾਰ ਹੈ ਖਤਮ ਹੈ ਜਾਂ ਇਦਾਂ ਕਹਿ ਦਵਾਂ ਆਪਾਂ ਪਸ਼ੂਆਂ ਤੋਂ ਹੀ ਭੈੜਾ ਜੀਵਨ ਜੂਨ ਲੱਗ ਪੈਨੇ ਆ ਜਦੋਂ ਅਸੀਂ ਨਿਰੰਕਾਰ ਤੋਂ ਟੁੱਟ ਜਾਂਦੇ ਆ ਕਿਉਂਕਿ ਔਗਣ ਪੈਦਾ ਹੋ ਜਾਂਦੇ ਨੇ ਬੁਰਾਈਆਂ ਪੈਦਾ ਹੋ ਜਾਂਦੀਆਂ ਨੇ ਅੰਦਰ ਘਟਾਂ ਮਿੱਟੀ ਪੈਦਾ ਹੋ ਜਾਂਦਾ ਤੇ ਜਾਲੇ ਲੱਗ ਜਾਂਦੇ ਨੇ ਕਿਉਂਕਿ ਅੰਦਰ ਉਹ ਚੀਜ਼ ਨਹੀਂ ਰਹਿੰਦੀ ਜੋ ਨਿਰੰਕਾਰ ਪੈਦਾ ਕਰਨੀ ਚਾਹੁੰਦਾ ਸਮਝ ਗਏ ਹੋਵਗੇ ਤੁਸੀਂ ਇਸ ਗੱਲ ਨੂੰ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਹੁਣ ਸਮਝਿਓ ਕਬੀਰ ਸਾਹਿਬ ਨੇ ਆਖਿਆ ਕਿ ਘਰ ਮਹਿਲ ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਆਪਾਂ ਇਸ ਦੁਨੀਆ ਨੂੰ ਇਹ ਵਿਖਾਵਾ ਕਰਦੇ ਆਂ ਕਿ ਆਪਾਂ ਇਸ ਦੁਨੀਆ ਤੋਂ ਜਾਣਾ ਨਹੀਂ ਪਰ ਜੇਕਰ ਵੱਡੇ ਵੱਡੇ ਕੋਠੇ ਮੰਡਪ ਮਹਿਲ ਮਾਰੀਆਂ ਤਿਆਰ ਕਰਦੇ ਕਰਦੇ ਅਸੀਂ ਉਸ ਦਾਤੀ ਨੂੰ ਭੁੱਲ ਗਏ ਆ ਜਿਹਦਾ ਦਿੱਤਾ ਹੋਇਆ ਖਾ ਰਿਆਂ ਜਿਹਦਾ ਦਿੱਤਾ ਹੋਇਆ ਬਣਾ ਰਿਆਂ ਜਿਹਦੇ ਦਿੱਤੇ ਘਰ 'ਚੇ ਰਹਿ ਰਹੇ ਆ ਜਿਹਦੇ ਦਿੱਤੇ ਸਰੀਰ ਵਿੱਚ ਜਿਉ ਰਹੇ ਆ ਤਾਂ ਸਹਿਬ ਨੇ ਆਖਿਆ ਕਬੀਰ ਸਹਿਬ ਨੇ ਕਾਹੇ ਮਰੋ ਸਵਾਰ ਇਹਨਾਂ ਨੂੰ ਸਵਾਰ ਦੀਆਂ ਸਵਰਦਿਆਂ ਕਿਤੇ ਆਤਮਕ ਮੌਤੇ ਤਾਂ ਨਹੀਂ ਮਰਦੇ ਤੁਸੀਂ ਕਿਤੇ ਆਤਮਕ ਮੌਤੇ ਤਾਂ ਨਹੀਂ ਮਰਦੇ ਸਵਾਲ ਹੈ ਕਤੇ ਇਹ ਨਹੀਂ ਕਿ ਦੁਨੀਆਦਾਰੀ ਤੇ ਐਸਾ ਖੁੱਭ ਗਏ ਕਿ ਤੁਸੀਂ ਬੱਚੇ ਪਾਲਦਿਆਂ ਬਾਕੀ ਕੰਮ ਕਰ ਕਰਦੇ ਆ ਮੌਤ ਸਹੇੜਲੀ ਤੇ ਜਿਉਂਦੇ ਹੀ ਮਰ ਗਏ ਤੁਸੀਂ ਜਿਉਂਦੇ ਹੀ ਮਰ ਗਏ ਆਤਮਿਕ ਮੌਤੇ ਮਰ ਗਏ ਪੁੱਠੇ ਕੰਮਾਂ ਵੱਲ ਤੁਰ ਪਏ ਘਰ ਚੰਗੇ ਬਣਾਉਣੇ ਮਾਰੀ ਗੱਲ ਨਹੀਂ ਐ ਵਧੀਆ ਲਾਈਫ ਸਟਾਈਲ ਹੋਣਾ ਮਾਰੀ ਗੱਲ ਨਹੀਂ ਮਾਰੀ ਗੱਲ ਹੈ ਉਨੂੰ ਭੁੱਲ ਜਾਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਤੇ ਧਰਮ ਦੇ ਪਾਸੇ ਵੱਲੋਂ ਮੂੰਹ ਫੇਰ ਲੈਣਾ ਕਾਰਜ ਸਾਢੇ 3 ਹੱਥ ਕਣੀ ਤਾਂ ਪੌਣੇ 4 ਕਹਿੰਦੇ ਸਰ ਤਾਂ ਬੰਦੇ ਦਾ ਸਾਢੇ 3 ਹੱਥ ਜ਼ਮੀਨ ਨਾਲ ਵੀ ਜਾਣਾ ਵੱਧ ਤੋਂ ਵੱਧ ਪੌਣੇ 4 ਹੱਥ ਜ਼ਮੀਨ ਚਾਹੀਦੀ ਹੋਵੇਗੀ ਸੌਣ ਲਈ ਮਰਨ ਲਈ ਇਤੋਂ ਜ਼ਿਆਦਾ ਨਹੀਂ ਪਰ ਇੰਨੇ ਵੱਡਾ ਖਲਾਰਾ ਆਪਾਂ ਕਿਉਂ ਖਲਾਰਦੇ ਆਂ ਸ਼ਾਨੋ ਸ਼ੌਕਤ ਲਈ ਵੀ ਦੁਨੀਆ ਸਾਨੂੰ ਕਈ ਵੀ ਕੁਝ ਕੀਤਾ ਬੰਦੇ ਨੇ ਫਿਰ ਕਹਾਵਾ ਮਾੜੀ ਗੱਲ ਨਹੀਂ ਹੈ ਕਿਲੇ ਬਣਾਉਣੇ ਸਰਾਵਾਂ ਬਣਾਉਣੀਆਂ ਮਹਿਲ ਮਾੜੀਆਂ ਬਣਾਉਣੀਆਂ ਪਰ ਦਾਤੀ ਨੂੰ ਭੁੱਲਣਾ ਵਾਹਿਗੁਰੂ ਨੂੰ ਭੁੱਲਣਾ ਇਹ ਮਾੜੀ ਗੱਲ ਹੈ ਜੋ ਕਿ ਬਹੁਤ ਗਲਤ ਹੈ ਕਬੀਰ ਜੋ ਮੈਂ ਚਿਤਮੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਜੋ ਮੈਂ ਸੋਚਾਂ ਸੋਚਦਾ ਉਹਦੇ ਨਾਲ ਕੁਝ ਨਹੀਂ ਬਣਦਾ ਕਿਉਂਕਿ ਪ੍ਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਭਾਵ ਕਿ ਇੱਥੇ ਇਹ ਸਮਝਾਇਆ ਕਿ ਤੇਰਾ ਹੰਕਾਰ ਕੰਮ ਨਹੀਂ ਕਰੇਗਾ ਜੋ ਤੂੰ ਚਾਹਨਾ ਉਹ ਰੱਬ ਨਹੀਂ ਕਰਦਾ ਜੋ ਤੂੰ ਸੋਚਦਾ ਉਹ ਰੱਬ ਨਹੀਂ ਕਰਦਾ ਯਾਦ ਰੱਖੀ ਵੀ ਤੂੰ ਜੋ ਮਰਜੀ ਸੋਚੀ ਜਾਵੇਂ ਪਰਲੇ ਆਜੇ ਤੂਫਾਨ ਆਜੇ ਹੜ ਆਜੇ ਉਹ ਜੇ ਉਹ ਜੇ ਕੁਝ ਨਹੀਂ ਹੋਣਾ ਜੋ ਉਹਨੇ ਕਰਨਾ ਉਹੀ ਕਰਨਾ ਪਿਆਰਿਓ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ ਕਬੀਰ ਸਾਹਿਬ ਕਹਿੰਦੇ ਨੇ ਮੈਂ ਸਮਝਾ ਦਵਾਂ ਕਿ ਪਰਮਾਤਮਾ ਉਹੀ ਕਰਦਾ ਜੋ ਉਹਨੂੰ ਚੰਗਾ ਲੱਗਦਾ ਜੋ ਮੈਨੂੰ ਚੰਗਾ ਲੱਗਦਾ ਰੱਬ ਨੇ ਉਹ ਨਹੀਂ ਕਰਨਾ ਜਾਂ ਤਾਂ ਇੰਨਾ ਪਿਆਰ ਡੂੰਘਾ ਪਰਮਾਤਮਾ ਨਾਲ ਹੋਵੇ ਕਿ ਰੱਬ ਉੱਤੇ ਵੀ ਐ ਬਿਲਕੁਲ ਇੱਕ ਵਾਰੀ ਮਾਨ ਕਰਕੇ ਕਹਿ ਸਕੀਏ ਦాతਿਆ ਕੰਮ ਕਰ ਦੇ ਪਰ ਉਹ ਕੰਮ ਉਹੀ ਕਰੇਗਾ ਜੋ ਸਰਬੱਤ ਦੇ ਭਲੇ ਲਈ ਹੋਵੇ ਗਏ ਨਹੀਂ ਵੀ ਰੱਬਾ ਫਲਾਣੀ ਦਾ ਕੋਠਾ ਢੱਟ ਜਾਏ ਫਲਾਣੀ ਦਾ ਮੁੰਡਾ ਮਰ ਜਾਏ ਫਲਾਣੀ ਦੀ ਨੌਕਰੀ ਚਲੀ ਜਾਏ ਫਲਾਣਾ ਕੰਗਾਲ ਹੋ ਜਾਏ ਉਹਦਾ ਕੱਖ ਨਾ ਰਹੇ ਇਦਾਂ ਇਹ ਕੰਮ ਰੱਬ ਨਹੀਂ ਪੂਰੇ ਕਰਦਾ ਜੋ ਆਪਾਂ ਨਿਤ ਲੱਗੇ ਹੋਏ ਹਾਂ ਕਰਨ ਟੂਣੇ ਟਮਾਣੇ ਕਰਾ ਕੇ ਤੇ ਸਿਆਣਿਆਂ ਦੇ ਪਿੱਛੇ ਤੁਰੇ ਫਿਰਦੇ ਇਹ ਕੰਮ ਇਹ ਗੱਲਾਂ ਗਲਤ ਹੈ ਅਗਾ ਇਹਨਾਂ ਸ਼ਲੋਕਾਂ ਨੂੰ ਖੋਲਿਆ ਪਾਤਸ਼ਾਹ ਤੀਜੇ ਨੇ ਕਹਿੰਦੇ ਮਹਿਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਕਬੀਰ ਸਾਹਿਬ ਦੇ ਇਹਨਾਂ ਸ਼ਲੋਕਾਂ ਨੂੰ ਖੋਲ ਕੇ ਕਹਿੰਦੇ ਐ ਕਿ ਜੀਵਾਂ ਦੇ ਵੀ ਕੀ ਵਸ ਹੈ ਪਰਮਾਤਮਾ ਆਪ ਹੀ ਜੀਵਾਂ ਦੇ ਮਨ ਵਿੱਚ ਦੁਨੀਆ ਦੇ ਫਿਕਰ ਅਤੇ ਸੋਚਾਂ ਪੈਦਾ ਕਰਦਾ ਹੈ ਅਤੇ ਉਹ ਅਵਸਥਾ ਵੀ ਆਪ ਹੀ ਬਖਸ਼ਦਾ ਹੈ ਜਦੋਂ ਮਨੁੱਖ ਇਹਨਾਂ ਫਿਕਰਾਂ ਅਤੇ ਸੋਚਾਂ ਤੋਂ ਰਹਿਤ ਹੋ ਜਾਂਦਾ ਸਮਝਿਓ ਇਹਦਾ ਮਤਲਬ ਹੈ ਕਿ ਚਿੰਤਾ ਭੇ ਆਪ ਕਰਾਇਸੀ ਚਿੰਤਾ ਵੀ ਉਹਨੇ ਪੈਦਾ ਕੀਤੀ ਹੈ ਚਿੰਤਾ ਤੋਂ ਬਿਨਾਂ ਦੁਨੀਆ ਚੱਲਦੀ ਵੀ ਨਹੀਂ ਹੈ ਪਰ ਚਿੰਤਾ ਨੂੰ ਆਗ ਨਹੀਂ ਬਣਾਉਣਾ ਅਚਿੰਤ ਭੇ ਆਪੇ ਦੇ ਤੇ ਆਪ ਹੀ ਉਹ ਅਵਸਥਾ ਦੇ ਦਿੰਦਾ ਹੈ ਕਿ ਜਦੋਂ ਆਪਾਂ ਚਿੰਤਾ ਤੋਂ ਰਹਿਤ ਹੋ ਜਾਂਦੇ ਆਂ ਮਤਲਬ ਸੰਸਾਰ ਦੇ ਜੰਜਾਲਾਂ 'ਚ ਪੈ ਕੇ ਦੁਨੀਆ ਦੇ ਕੰਮਕਾਰ ਕਰਦੇ ਆਂ ਅਸੀਂ ਰੱਬ ਨੂੰ ਨਹੀਂ ਭੁੱਲਣਾ ਜੇ ਉਹਦੇ ਨਾਲ ਜੁੜੇ ਹੋਏ ਆਂ ਤੇ ਵਾਹਿਗੁਰੂ ਅਚਿੰਤ ਕਰ ਦਿੰਦਾ ਵਾਹਿਗੁਰੂ ਵੱਡਾ ਬਣਾ ਦਿੰਦਾ ਨਾਨਕ ਸੋਸ ਸਲਾਈ ਹੈ ਜੇ ਸਬਨਾ ਸਾਰ ਕਰੇ ਕਹਿੰਦੇ ਆਂ ਬੰਦੇ ਉਸ ਪ੍ਰਮਾਤਮਾ ਨੂੰ ਯਾਦ ਕਰ ਜਿਹੜਾ ਸਾਰਿਆਂ ਨੂੰ ਪਾਲ ਰਿਹਾ ਫਿਰ ਕੋਈ ਚਿੰਤਾ ਨਹੀਂ ਰਹਿਣੀ ਮਹਿਲਾ 5ਵਾਂ ਕਬੀਰ RAMNA ਚੇਤੇਉ ਫਿਰਿਆ ਲਾਲਚਮਾਏ ਕਹਿੰਦੇ ਉਸ ਵੈਗੁਰੂ ਨੂੰ ਯਾਦ ਨਹੀਂ ਕਰਦਾ ਦਾ ਸਿਮਰਨ ਨਹੀਂ ਕਰਦਾ ਹੋਰ ਹੀ ਲਾਲਚਾਂ ਦੇ ਵਿੱਚ ਕਮਲਿਆ ਰਾਤ ਦਿਨ ਤੁਰਿਆ ਫਿਰਦਾ ਪਾਪ ਕਰੰਤਾ ਮਰ ਗਿਆ ਔਦਪੁਨੀ ਖਿਨਮਾਏ ਇਦਾਂ ਹੀ ਪੁੱਠੇ ਕੰਮ ਕਰਦੇ ਆ ਪਾਪ ਕਰਦੇ ਆ ਜੌਦਾ ਕਮਲਾਂ ਜੌਦਾ ਕਮਲਾਂ ਮਾਰੇ ਕੰਮ ਕਰਦੇ ਹੋਇਆ ਮਰ ਗਿਆ ਤੇ ਉਮਰ ਜਿਹੜੀ ਮੁੱਕ ਗਈ ਖਤਮ ਹੋ ਗਈ ਤੇ ਜੋ ਕੁਝ ਲੈਣ ਵਾਸਤੇ ਦੁਨੀਆ ਤੋਂ ਆਇਆ ਸੀ ਉਹ ਲੈ ਕੀ ਨਾ ਗਿਆ ਤੇ ਪੁੱਠੇ ਕੰਮ ਕਰਦੇ ਆ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਜਿਉ ਕੇ ਚਲਾ ਗਿਆ ਸੋ ਪਿਆਰਿਓ ਲੰਮਾ ਸਮਾਂ ਹੋ ਰਿਹਾ ਮੈਂ ਅਖੀਰ ਚ ਕਵਾਂ ਆਓ ਇਨਾ ਬਚਨਾ ਮੁਤਾਬਕ ਜੀਵਨ ਢਾਲੀਏ ਜੇ ਆਪਾਂ ਵੀ ਕੁਝ ਇਦਾਂ ਦੇ ਗਲਤ ਕੰਮ ਕਰ ਰਹੇ ਆਂ ਤੇ ਉਹ ਛੱਡ ਕੇ ਗੁਰਬਾਣੀ ਮੁਤਾਬਕ ਸਿੱਧਾ ਸਦਾ ਰਸਤਾ ਬਣਾਈਏ ਜੀਵਨ ਸੁਹੇਲਾ ਬਣੇਗਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਜੀ ਪਿਆਰਿਓ 44 ਨੰਬਰ ਵੀਡੀਓ ਇੱਥੇ ਸਮਾਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ